ਉਹਨਾਂ ਨੇ ਗੁਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਨੂੰ ਇੱਕ ਮੋਟਰਸਾਈਕਲ 'ਤੇ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਾਇਆ। ਉਹਨਾਂ ਦੀ ਪੁੱਛਗਿੱਛ 'ਤੇ ਗਗਨਦੀਪ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਚਾਰਾਂ ਕੋਲੋਂ ਕੁੱਲ 16 ਮੋਟਰਸਾਈਕਲ ਜਿਹੜੇ ਬਰਾਮਦ ਕਰਾਏ ਗਏ। ਬਠਿੰਡਾ ਦੇ CIA ਸਟਾਫ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਨੌਜਵਾਨਾਂ ਨੂੰ 300 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ CIA ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਵੱਲੋਂ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਜਦੋਂ ਰੋਕਿਆ ਗਿਆ ਤਾਂ ਉਹਨਾਂ ਤਲਾਸ਼ੀ ਲਈ ਗਈ ਤਾਂ ਫੜੇ ਗਏ ਦੋਵੇਂ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਕੋਲੋਂ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਅਤੇ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ 16 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। SSP ਸਾਹਿਬ ਬਠਿੰਡਾ ਜੀ ਵੱਲੋਂ ਨਸ਼ਿਆਂ ਅਤੇ ਮਾੜੇ ਅੰਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ CA ਸਟਾਫ 2 ਬਠਿੰਡਾ ਦੇ SI ਅਵਤਾਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਗੁਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਨੂੰ ਇੱਕ ਮੋਟਰਸਾਈਕਲ 'ਤੇ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਾਇਆ ਅਤੇ ਉਹਨਾਂ ਦੀ ਪੁੱਛਗਿੱਛ 'ਤੇ ਗਗਨਦੀਪ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਚਾਰਾਂ ਕੋਲੋਂ ਕੁੱਲ 16 ਮੋਟਰਸਾਈਕਲ ਜਿਹੜੇ ਬਰਾਮਦ ਕਰਾਏ ਗਏ ਹਨ। ਅੱਗੇ ਵੀ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੇ ਉੱਤੇ ਪਹਿਲਾਂ ਵੀ ਇਹੀ ਕੁਛ ਕਰਦੇ? ਨਹੀਂ, ਪਹਿਲਾਂ ਇਹਨਾਂ ਦੇ ਖਿਲਾਫ਼ ਕੋਈ ਮੁਕੱਦਮਾ ਦਰਜ ਨਹੀਂ, ਇਹੀ ਮੁਕੱਦਮਾ ਦਰਜ ਕਰਾਇਆ ਇਹਨਾਂ ਦੇ ਖਿਲਾਫ਼। ਇਹ ਚਾਰ ਬੰਦਿਆਂ ਦਾ ਗਰੋਹ ਹੈ ਜੀ ਕਿ ਹੋਰ ਮੈਂਬਰ ਸ਼ਾਮਲ ਆ? ਨਹੀਂ, ਅਜੇ ਪੁੱਛਗਿੱਛ ਇਹਨਾਂ ਤੋਂ ਕਰਨੀ ਹੈ, ਅੱਗੇ ਹੋਰ ਵੀ ਜੇ ਕੋਈ ਬੰਦਾ ਵਿੱਚ ਆਊਗਾ ਤਾਂ ਉਹਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਨਾਲ ਹੀ ਪੁਲਿਸ ਵੱਲੋਂ ਦੂਜੇ ਮਾਮਲੇ ਨੂੰ ਸੁਲਝਾਉਂਦੇ ਹੋਏ ਇੱਕ ਲਵਾਰਿਸ ਜ਼ੈਨ ਕਾਰ ਵਿੱਚੋਂ 14,500 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SSP ਸਾਹਿਬ ਬਠਿੰਡਾ ਜੀ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ CIA ਸਟਾਫ 2 ਦੇ ASI ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਖੁਫੀਆ ਤਲਾਹ ਦੇ ਇੱਕ ਜੈਨ ਕਾਰ ਲਵਾਰਸ ਖੜੀ ਮਿਲੀ, ਜਿਸ ਦੇ ਵਿੱਚ ਉਹਨੂੰ ਚੈੱਕ ਕਰਨ 'ਤੇ 14,500 ਗੋਲੀ ਬਰਾਮਦ ਹੋਈ ਹੈ। ਜੋ ਇਹ ਗੱਡੀ ਜਗਦੇਵ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਡੋੜਦੀ ਹੈ, ਜਿਸ ਦੇ ਖਿਲਾਫ਼ ਪਹਿਲਾਂ ਵੀ ਚੈੱਕ ਕਰਨ 'ਤੇ ਪਤਾ ਲੱਗਿਆ, ਪਹਿਲਾਂ ਵੀ ਮੁਕੱਦਮਾ ਦਰਜ। ਪਹਿਲਾਂ ਵੀ ਮਾਮਲਾ ਦਰਜ? ਹਾਂਜੀ, ਪਹਿਲਾਂ ਵੀ ਮੁਕੱਦਮਾ ਦਰਜ, ਜੇਲ੍ਹ ਦੇ ਵਿੱਚ ਬਾਹਰ ਆਇਆ ਹੋਇਆ। ਜਮਾਨ 'ਤੇ ਹੈ ਜੀ? ਜਮਾਨ 'ਤੇ ਆਇਆ ਹੋਇਆ। ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਰਿਪੋਰਟ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾ ਤੁਰਵਾਣਾ। ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਸੌਤਨ ਜਾ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484896।